ਕੀ ਤੁਸੀਂ ਪਰਿਵਾਰ ਦੇ ਮਦਦ ਜਿਹੜੀ ਉਹ ਕਰਨ ਦੀ ਪੇਸ਼ਕਸ਼ ਰੱਖੀ ਹੈ। ਉਰੇ ਜਿਹੜੇ ਹਾਲਾਤ ਸਟੇਟ ਨੇ ਪੁਲਿਸ ਫੋਰਸ ਲਾ ਕੇ ਜਿਹੜਾ ਉਰੇ ਹੱਵਾ ਖੜਾ ਕੀਤਾ ਪਰ ਇਹ ਨਹੀਂ ਦੱਸਿਆ ਕਿ ਕਿਹੜਾ ਕੇਸ ਕਿਸ ਵਿਸ਼ੇ 'ਚ ਸਰ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਲਾਣਾ ਹੈ। ਔਰ ਸਾਰੇ ਪਿੰਡ 'ਚ ਦਹਿਸ਼ਤ ਮਚਾਈ ਹੋਈ ਹੈ। ਇਹ ਬਹੁਤ ਮਾੜੀ ਕਰਤੂਤ ਸਰਕਾਰ ਦੀ ਹੈਗੀ। ਭਾਈ ਅਮਰਿਤਪਾਲ ਸਿੰਘ ਜੀ ਬੜੇ ਆਰਾਮ ਨਾਲ 8-9 ਵਜੇ ਹੋ ਰਿਓ ਆਪਣੇ ਕੰਮਾਂ ਤੋਂ ਨਿਕਲੇ ਆ ਜੇ ਰੇਡ ਪਾਉਣੀ ਹੁੰਦੀ ਤਾਂ ਸਾਡਾ ਤਜਰਬਾ ਹੈ ਕਿ ਇਹਨਾਂ ਨੇ ਸਵੇਰੇ ਸਾਜਰੇ ਪਾ ਕੇ ਆਪਣਾ ਗ੍ਰਿਫਤਾਰੀਆਂ ਕਰ ਲੈਣੀਆਂ ਸੀਗੀਆਂ ਸਰ ਅਮਰਿਤਪਾਲ ਸਿੰਘ ਨੇ ਅੰਮ੍ਰਿਤ ਪ੍ਰਚਾਰ ਨਸ਼ਾ ਛਡਾਊ ਔਰ ਪੰਥ ਦੀ ਗੱਲ ਚੱਕ ਕੇ ਆਪਣੀ ਜਿਹੜੀ ਤੋਰੀ ਹੋਈ ਹੈ ਕਾਰਜਕਾਰੀ ਉਹਦੇ ਵਿੱਚ ਕੋਈ ਵੀ ਗਲਤ ਕੰਮ ਹੈ ਨਹੀਂਗਾ ਜਿਹੜਾ ਕਾਨੂੰਨ ਸਾਡੇ ਪਾਰਟੀਆਂ ਤੇ ਆਮ ਤੌਰ ਤੇ ਲਾਉਂਦੇ ਸੀ ਧਾਰਾ 124ਏ ਸੈਡਿਸ਼ਨ ਦੀ ਉਹ ਵੀ ਮਾਨਯੋਗ ਸੁਪਰੀਮ ਕੋਰਟ ਨੇ ਇਨ ਅਬੀਅੰਸ ਰੱਖਤੀ ਹੈਗੀ ਹੈ ਇਹ ਜਿਹੜਾ ਕਾਰਜਕਾਰੀ ਚੱਲ ਰਹੀ ਹੈ ਇਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇੱਕ ਹਵਾ ਖੜਕ ਕਰਨ ਵਾਸਤੇ ਔਰ ਜਿਹੜੇ ਹੱਕਾਂ ਦੇ ਉੱਤੇ ਪਹਿਰਾ ਭਾਈ ਅਮਰਿਤਪਾਲ ਸਿੰਘ ਦੇ ਰਹੇ ਆ ਸਿੱਖਾਂ ਦੇ ਨਸ਼ਾ ਛਡਾਈ ਅੰਮ੍ਰਿਤ ਪ੍ਰਚਾਰ ਕਰ ਰਹੇ ਆ 328 ਸਰੂਪਾਂ ਦਾ ਪੁੱਛਗਿੱਛ ਕਰ ਰਹੇ ਆ ਔਰ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੇ ਪੱਖ 'ਚ ਆਵਾਜ਼ ਉਠਾਈ ਹੈ ਅਤੇ ਜਿਹੜੇ 328 ਸਰੂਪ ਹੈ ਤੇ ਸਾਡੇ ਨਾਲ ਬੇਇਨਸਾਫੀਆਂ ਲਗਾਤਾਰ ਸੈਂਟਰ ਕਰ ਰਿਹਾ ਉਹ ਗੱਲ ਨੂੰ ਰੋਕਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਇਸ ਸਰਕਾਰ ਨੇ دہشت ਪਾਈ ਹੋਈ ਹੈਗੀ ਆ ਅਸੀਂ ਔਰੇ ਉਹਨਾਂ ਦੇ ਘਰੇ ਹੌਸਲਾ ਵੀ ਦੇਣ ਆਏ ਆ ਕਿ ਅਸੀਂ ਨਾਲ ਖੜੇ ਆ ਔਰ ਇਹ ਵੀ ਦੱਸਣ ਆਏ ਆ ਕਿ ਆ ਕਾਨੂੰਨਨ ਤੌਰ ਤੇ ਇਹਨਾਂ ਨੂੰ ਆਪਣੇ ਹੈਬੀਅਸ ਕੋਰਪਸ ਦੀਆਂ ਕੇਸ ਪਾਣੇ ਚਾਹੀਦੇ ਆ ਔਰ ਵੇਰਵਾ ਲੈਣਾ ਚਾਹੀਦਾ ਕਿਉਂਕਿ ਸਰਕਾਰ ਦੀ ਨੀਅਤ ਤੇ ਸਾਨੂੰ ਸ਼ੱਕ ਹੈ ਯਾਨੀ ਕਿ ਤੁਹਾਡੀ ਪਾਰਟੀ ਜਿਹੜੀ ਹੈ ਜਾਂ ਤੁਸੀਂ ਇਹਨਾਂ ਦੇ ਨਾਲ ਕਾਨੂੰਨੀ ਮਦਦ ਕਰਨ ਦੇ ਲਈ ਤੁਸੀਂ ਖੜੇ ਹੋ ਇਦਾਂ ਦੇ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਹੋਰ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਸਾਡੇ ਪਾਰਟੀ ਦੇ ਨੁਮਾਇੰਦੇ ਕੱਲ ਇਸ ਸਿਲਸਲੇ 'ਚ ਚੱਕੇ ਗਏ ਸੀਗੇ ਹਰਪਾਲ ਸਿੰਘ ਬਲੇਅਰ ਹੋਰ ਸਾਡੇ ਜਥੇਦਾਰ ਸੀਗੇ ਉਹਨਾਂ ਦੀ ਅੱਜ ਸਾਰਿਆਂ ਦੀ ਜਮਾਨਤਾਂ ਹੋ ਗਈਆਂ ਆਪਣੇ ਘਰੇ ਆ ਗਏ ਹੈਗੇ ਆ ਪਰ ਸਾਨੂੰ ਹਜੇ ਤੱਕ ਵੀ ਸਰਕਾਰ ਨੇ ਨਹੀਂ ਦੱਸਿਆ ਕਿ ਇੰਨੀ ਜ਼ਿਆਦਾ ਫੋਰਸ ਦਾ ਦਿਖਾਵਾ ਕਰਕੇ ਇਹ ਕੇਸ ਹੈ ਕਿ ਕੀ ਇਹਨਾਂ ਨੇ ਕਾਨੂੰਨ ਤੋੜੇ ਆ ਤੇ ਕੀ ਮਜਬੂਰੀ ਪੈ ਗਈ ਕਿ ਪੰਜਾਬ ਦੇ ਵਿੱਚ ਇਹ دہشت ਦਾ ਮਾਹੌਲ ਖੜਾ ਕੀਤਾ ਪਰ ਪੁਲਿਸ ਤਾਂ ਕਹਿ ਰਹੀ ਕਿ ਅਮਰਿਤਪਾਲ ਸਿੰਘ ਹਾਲੇ ਸਾਡੀ ਗ੍ਰਿਫਤ ਚ ਨਹੀਂ ਉਹਨਾਂ ਬਾਰੇ ਪਤਾ ਹੀ ਕੁਝ ਨਹੀਂ ਉਹ ਕਹਿ ਰਹੇ ਪਘੋੜੇ ਹੋ ਗਏ ਜਿੱਥੇ ਸਾਨੂੰ ਨਹੀਂ ਪਤਾ ਸਰ ਅਮਰਿਤਪਾਲ ਸਿੰਘ ਦਾ ਉੱਥੇ ਸਾਨੂੰ ਸ਼ੱਕ ਹੈ ਪੰਜਾਬ ਪੁਲਿਸ ਸੈਂਟਰ ਦੀ ਪੁਲਿਸ ਦੇ ਪਿਛਲੇ ਕਾਰਨਾਮਿਆਂ ਕਰਕੇ ਕਿ ਇਹ ਕੋਈ ਮਾੜੀ ਹਰਕਤ ਨਾ ਕਰਨ ਜਿਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਜਿਹੜੇ ਵਕੀਲਾਂ ਖਹਿਰਾ ਸਾਹਿਬ ਇਹਨਾਂ ਦੇ ਫੈਮਿਲੀ ਮੈਂਬਰ ਹੈ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਹੈਬੀਅਸ ਕੋਰਪਸ ਦੀ ਇੱਕ ਰਿਟ ਫਾਈਲ ਕੀਤੀ ਜਾਏ ਔਰ ਪੜਤਾਲ ਕੀਤੀ ਜਾਏ ਜੁਡੀਸ਼ਰੀ ਵੱਲੋਂ ਕਿ ਸਰ ਅੰਮ੍ਰਿਤਪਾਲ ਸਿੰਘ ਦੇ ਹਾਲਾਤ ਕੀ ਹੈਗੇ ਸਰ ਇੱਕ ਜਿਹੜੀ ਵੀਡੀਓਸ ਵਾਇਰਲ ਸਾਮਣੇ ਹੋ ਰਹੀ ਸੀ ਅੰਮ੍ਰਿਤਪਾਲ ਦੀ ਹੁਣ ਉਹ ਨੈਟ ਦੇ ਉੱਤੇ ਨਹੀਂ ਲੱਗ ਰਹੀ ਪਰਿਵਾਰ ਦੇ ਲੋਕ ਮਾਰਕੀਤੀ ਆ ਦੇਖੋ ਵੀਡੀਓ ਕਿੱਥੇ ਗਈ ਹੈ ਭਾਈ ਅੰਮ੍ਰਿਤਪਾਲ ਉੱਚੇ ਦੇਖ ਰਹੇ ਨੇ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਅਸੀਂ ਹੈਬੀਅਸ ਕੋਰਪਸ ਵੱਲ ਬੇਨਤੀ ਕਰ ਰਹੇ ਹਾਂ ਕਿ ਕੋਰਟ ਪੜਤਾਲ ਕਰੇ ਕਿ ਇਹ ਸਰਕਾਰ ਕਰ ਕੀ ਰਹੀ ਹੈ ਸਰ ਤੁਹਾਨੂੰ ਲੱਗਦਾ ਹੈ ਕਿ ਜੋ 19 ਮਾਰਚ ਦਾ ਜਿਹੜਾ ਮੂਸੇ ਵਾਲਾ ਦੀ ਵਰਸੀ ਸੀ ਉਸ ਨੂੰ ਲੈ ਕੇ ਵੀ ਜਿਹੜਾ ਐਕਸ਼ਨ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਸਰਕਾਰ ਦੇ ਵੱਲੋਂ ਜੋ ਬਿਲਕੁਲ ਇਹ ਸਾਡੇ ਮਨ ਚ ਗੱਲ ਹੈਗੀ ਹੈ ਕਿ ਸਿੱਖਾਂ ਦੇ ਇਕੱਠ ਰੋਕਣ ਵਾਸਤੇ ਇਨਸਾਫ ਮੰਗਣ ਤੋਂ ਰੋਕਣ ਵਾਸਤੇ ਤੇ ਸਾਡੇ ਜਿਹੜੀ ਜਨਤਿਕ ਜਮਹੂਰੀਅਤ ਤੇ ਸ਼ਾਂਤਮਈ ਰੂਪ ਦੇ ਵਿੱਚ ਇਕੱਠ ਕਰਨ ਦੇ ਹੱਕ ਹੈ ਉਹ ਤੋੜਨ ਵਾਸਤੇ ਕੰਮ ਕੀਤਾ ਜਾ ਰਿਹਾ ਹੈ